ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਤੇ ਆਏ ਹੋਏ ਦੋ ਅਣਜਾਣੇ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵੀ ਕੈਦ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸਤਨਾਮ ਸਿੰਘ ਉਫ ਸੰਧੂ ਨਾਮ ਦਾ ਨੌਜਵਾਨ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਤੇ ਆਏ ਹੋਏ ਦੋ ਨੌਜਵਾਨਾਂ ਨੇ ਉਸ ਦੇ ਉੱਪਰ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਸਤਨਾਮ ਸਿੰਘ ਉਫ ਸੰਧੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਸ਼ਰਾਬ ਦਾ ਠੇਕੇਦਾਰ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਨਾਕੇਬੰਦੀ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਨੌਜਵਾਨ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਹਨ, ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆ ਸਕਿਆ। 1 ਵਜੇ ਅੱਜ ਪਤਾ ਲੱਗਾ ਵੀ ਸਤਨਾਮ ਸਿੰਘ ਸਾਨੂੰ ਜਗਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਦੇ ਨੇ, ਇਹਨਾਂ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਲੱਗਾ ਵੀ ਇਨਫੋਰਮੇਸ਼ਨ ਪਤਾ ਲੱਗਾ ਵੀ ਗੋਲੀਆਂ ਮਾਰ ਕੇ ਪਤਾ ਲੱਗਾ ਇੱਥੇ ਆਏ ਮੌਕੇ 'ਤੇ, ਅਤੇ ਦੋ ਕੈਮਰੇ ਦੇ ਵਿੱਚ ਮਾੜੇ ਵੀ ਉਹਨਾਂ ਦੀ ਫੋਟੋ ਹੁੰਦੀ ਆ ਵੀ ਦੋ ਮੁੰਡੇ ਹੁੰਦੇ ਬੰਨੇ ਗੋਲੀਆਂ ਮਾਰ ਕੇ ਚੱਲ ਜਾਂਦੇ। ਹੁਣ ਆਪਾਂ ਜਿੰਨੇ ਵੀ ਸੀਸੀਟੀਵੀ ਕੈਮਰੇ ਸਾਰੇ ਚੈੱਕ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਅਗਲੀ ਕਾਰਵਾਈ ਜੋ ਵੀ ਅਮਲ ਨਾਲ ਦੀ ਜਾਏਗੀ। ਠੀਕ ਆ, ਮੌਕੇ ਤੋਂ ਬਰਾਮਦ ਹੋਈ ਕੋਈ ਚੀਜ਼? ਮੌਕੇ ਤੋਂ ਦੋ ਖੋਲ ਮਿਲੇ ਨੇ ਪਿਸਟਲ ਦੇ। ਠੀਕ ਹੈ, ਕੀ ਅਗਲੀ ਕਾਰਵਾਈ ਜਿਹੜੀ ਹੋ? ਅਗਲੀ ਕਾਰਵਾਈ ਦੋਸ਼ੀਆਂ ਨੂੰ ਤਲਾਸ਼ ਕਰਕੇ ਜੋ ਉਹਨਾਂ ਨੂੰ ਗ੍ਰਿਫਤਾਰ ਕਰਕੇ। ਕੋਈ ਸਰ ਵਜ੍ਹਾ ਦਾ ਪਤਾ ਲੱਗਾ? ਨਹੀਂ, ਵਜ੍ਹਾ ਦਾ ਅਜੇ ਕੋਈ ਪਤਾ ਨਹੀਂ ਲੱਗਾ ਸੀ। ਅਜੇ ਕਾਰੀ ਤੋਂ ਕਿੰਨੇ ਰਾਉਂਡ ਫਾਇਰ ਹੋਏ ਸਰ? ਇਹਨਾਂ ਨੇ ਦੋ ਕੁ ਖੋਲ ਮਿਲੇ ਆ, ਇਹਦੇ ਬਾਰੇ ਦੇ ਤਫਤੀਸ਼ ਚੱਲ ਰਹੀ ਹੈ, ਬਾਅਦ ਜੋ ਵੀ ਸਾਹਮਣੇ ਗੱਲ ਹੋਊਗੀ ਉਹ ਕਲੀਅਰ ਕੀਤੀ ਜਾਏ। ਠੀਕ ਹੈ, ਇੱਥੇ ਬੈਠੇ ਹਾਂ ਜੀ ਅਸੀਂ ਤਿੰਨੇ ਜਿਹੜੇ, ਗੁਰਨਾਮ, ਮੈਂ ਅਤੇ ਕਰਨ, ਅਤੇ ਬਾਹਰੋਂ ਫਾਇਰ ਦੀ ਆਵਾਜ਼ ਆਈ ਆ ਕਿ ਭਾਈ ਹੁਣ ਬੈਠੇ ਜਦੋਂ ਵਿੱਚ ਜਾ ਕੇ, ਅਤੇ ਬਾਹਰ ਨੂੰ ਵੇਖਿਆ ਤਾਂ ਮੋਟਰਸਾਈਕਲ ਸਵਾਰ ਮਾਰ ਕੇ ਫਾਇਰ ਦੋ ਦੇ ਅੱਗੇ ਤੁਰ ਲੱਗੇ ਵੇਖਿਆ, ਅਤੇ ਉਸ ਵੇਲੇ ਉਹਨਾਂ ਸਾਡੇ ਵੱਲ ਨੂੰ ਇੱਕ ਮਾਰਿਆ ਫਿਰ ਅੰਦਰ ਵੱਲ ਨੂੰ, ਅਤੇ ਉਸੇ ਵੇਲੇ ਚਲ ਗਏ ਅੱਗੇ ਭੱਜ ਗਏ। 2 ਮਿੰਟਾਂ ਦੇ ਵਿੱਚ ਦੋ ਜਣੇ, ਇਹ ਕੱਲ੍ਹ ਦਾ ਕੋਈ ਪਤਾ ਨਹੀਂ ਜੀ ਕੀ ਆ। ਉਸ ਅੰਮ੍ਰਿਤਸਰ ਲੈ ਗਏ ਹੋਸਪਿਟਲ, ਹਾਲਤ ਦੇ ਵੇਖਣ ਦੇ ਮੁਤਾਬਕ ਮਾੜੀ ਆ। ਸਤਨਾਮ ਨਾ ਨਾ ਕੁਛ ਨਹੀਂ, ਅਜੇ ਤਾਂ 2 ਮਿੰਟਾਂ ਦੀ ਗੱਲ ਹੈ ਜੀ। ਇੱਥੇ ਪਤਾ ਨਹੀਂ ਜੀ ਕਿਹੜੇ ਕਿਹੜੇ PCR ਵਾਲੇ ਅਤੇ ਦੂਸਰੇ ਹੋਰ ਸਾਰੇ।